ਮੋਬਾਈਲ ਚਾਰਜਿੰਗ ਬਾਕਸ ਇਹ ਓਰੀਜਨਲ ਹੈ ਬਿਲਕੁਲ ਜੈਨੂਨ ਮਹਿੰਦਰਾ ਦਾ ਅਤੇ ਆਪਾਂ ਆਪਣੇ ਆਪ ਪੁਰਾਣੇ ਟਰੈਕਟਰ 'ਤੇ ਫਿੱਟ ਕਰਾਂਗੇ ਨਵਿਆਂ ਨਾਲ ਤਾਂ ਪਿੱਛੇ ਹੀ ਆਉਂਦੇ ਕੰਪਨੀ ਵੱਲੋਂ ਫਿਟਡ ਟਰੈਕਟਰ ਯੂ ਐਸ ਬੀ ਵਾਲਾ ਹੀ ਹੈ ਜੇ ਆਪਾਂ ਨੂੰ ਕੋਈ ਗੱਡੀ ਵਾਲਾ ਚਾਰਜਰ ਅਲੱਗ ਲੈਣ ਦੀ ਲੋੜ ਨਹੀਂ ਦੇਖੋ ਚਲਾਵਾਂਗੇ ਅਤੇ ਇੱਧਰ ਫੋਨ ਆਪਣਾ ਚਾਰਜ ਹੋਣਗੇ ਹਾਂਜੀ ਸਵਾਗਤ ਹੈ ਅੱਜ ਦੀ ਇੱਕ ਹੋਰ ਵੀਡੀਓ 'ਚ ਅਤੇ ਅੱਜ ਆਪਾਂ ਇੱਕ ਹੋਰ ਛੋਟੀ ਜਿਹੀ ਚੀਜ਼ ਤੁਹਾਨੂੰ ਫਿੱਟ ਕਰਕੇ ਦਿਖਾਵਾਂਗੇ ਆਪਣੇ ਮਹਿੰਦਰਾ 265 'ਤੇ ਅਤੇ ਆਹ ਆਪਾਂ ਲੈ ਕੇ ਆਉਂਦਾ ਜੀ ਮੋਬਾਈਲ ਚਾਰਜਿੰਗ ਬਾਕਸ ਇਹ ਓਰੀਜਨਲ ਹੈ ਬਿਲਕੁਲ ਜੈਨੂਨ ਮਹਿੰਦਰਾ ਦਾ ਇਹ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਵਧੀਆ ਚੀਜ਼ ਹੈ ਯਾਰ ਵੈਸੇ ਮੋਬਾਈਲ ਚਾਰਜ ਕਰਨ ਨੂੰ ਵੀ ਜਾਂ ਫਿਰ ਵੈਸੇ ਰੱਖਣ ਨੂੰ ਵੀ ਅਤੇ ਆਪਾਂ ਆਪਣੇ ਆਪ ਪੁਰਾਣੇ ਟਰੈਕਟਰ 'ਤੇ ਫਿੱਟ ਕਰਾਂਗੇ ਨਵਿਆਂ ਨਾਲ ਤਾਂ ਪਿੱਛੇ ਹੀ ਆਉਂਦੇ ਕੰਪਨੀ ਵੱਲੋਂ ਫਿੱਟਡ ਅਤੇ ਆਪਾਂ ਇਹ ਆਪਣੀ ਲੋਕਲ ਸਪੇਅਰ ਪਾਰਟ ਵਾਲੀ ਦੁਕਾਨ 'ਤੇ ਲਿਆਂਦਾ ਅਤੇ ਇਹਦੀ ਪ੍ਰਾਈਸ ਆਪਾਂ ਨੂੰ ਪੈ ਗਈ ਜੀ 450 ਰੁਪਇਆ ਅਤੇ ਪਹਿਲਾਂ ਜਿਹੜਾ ਬਾਕਸ ਹੁੰਦਾ ਸੀ ਉਹ ਇੱਥੇ ਵਿੱਚ ਇਹਦੇ ਸਾਕਟ ਪਹਿਲਾਂ ਹੀ ਲੱਗਿਆ ਹੁੰਦਾ ਸੀ ਜਿਹੜਾ ਉਹ ਕਰੰਟ ਵਾਲਾ ਹੁੰਦਾ ਸੀਗਾ ਅਤੇ ਹੁਣ ਇਹ ਬਿਨਾਂ ਉੱਤੇ ਆਉਂਦਾ ਪਹਿਲਾਂ ਦਾ ਰੇਟ ਵੀ ਵੱਧ ਸੀ ਹੁਣ ਇਹ ਖਾਲੀ ਆਉਂਦਾ ਤਾਂ ਕਰਕੇ ਸਸਤਾ ਹੋ ਗਿਆ ਥੋੜ੍ਹਾ ਜਿਹਾ 450 ਰੁਪਏ ਦਾ ਮਿਲ ਜੂ ਆਪਣੇ ਸਪੇਅਰ ਪਾਰਟ ਤੋਂ ਪਤਾ ਕਰ ਸਕਦੇ ਹੋ ਅਤੇ ਅੱਗੇ ਤੁਹਾਨੂੰ ਆਪਾਂ ਸਾਰਾ ਇਹਦੀ ਫਿਟਿੰਗ ਵਗੈਰਾ ਜੋ ਵੀ ਆਪਾਂ ਕਰਾਂਗੇ ਸਾਰੀ ਦਿਖਾਵਾਂਗੇ ਅਤੇ ਬਣੇ ਰਿਹੋ ਨਾਲ ਅਤੇ ਇਹਨੂੰ ਫਿੱਟ ਕਰਨਾ ਵੀ ਕੋਈ ਬਹੁਤਾ ਔਖਾ ਕੰਮ ਨਹੀਂ ਜੀ ਆਹ 3 ਸਕਰੂ ਲੱਗਦੇ ਨੇ 10 ਨੰਬਰ ਦੇ ਸਕਰੂ ਨੇ 3 ਆਪਾਂ ਲੈ ਜਾਂਦੇ ਅਤੇ ਇਹਨਾਂ ਨਾਲ ਹੀ ਇਹ ਫਿੱਟ ਹੋ ਜਾਂਦਾ ਜਗ੍ਹਾ 'ਤੇ ਦੋਸਤੋ ਆਪਾਂ ਫਿੱਟ ਕਰਨ ਲੱਗੇ ਹਾਂ ਆਪਣੇ ਬਾਕਸ ਨੂੰ ਇੱਕ ਸਰਾਖ ਹੈਗਾ ਪਹਿਲਾਂ ਹੀ ਦੋ ਆਪਾਂ ਕਢਵਾਉਣ ਲੱਗੇ ਹਾਂ ਤੁਸੀਂ ਦੇਖ ਸਕਦੇ ਹਾਂ ਤਿਆਰ ਹੋ ਗਿਆ ਜੀ ਆਪਣਾ ਫਿੱਟ ਆ ਤੁਸੀਂ ਦੇਖ ਸਕਦੇ ਹੋ ਢੱਕਣ ਵਗੈਰਾ ਖੋਲ ਕੇ ਦਿਖਾਉਣਾ ਮੋਬਾਈਲ ਹੋਲਡ ਕਰਨ ਲੱਗਿਆ ਹੋਇਆ ਦੱਸਿਓ ਕਿਵੇਂ ਲੱਗੀ ਫਿਟਿੰਗ ਅਤੇ ਆਹ ਬਾਕਸ ਦੀ ਫਿਟਿੰਗ ਹੁੰਦੀ ਤੁਸੀਂ ਦੇਖ ਹੀ ਲਈ ਹੈ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਇਹਦੇ ਨਾਲ ਚਾਰਜਰ ਵਗੈਰਾ ਕੋਈ ਨਹੀਂ ਸੀ ਮਿਲਿਆ ਉਹ ਆਪਾਂ ਨੂੰ ਆਪ ਫਿੱਟ ਕਰਨਾ ਪੈਣਾ ਸੀ ਅਤੇ ਉਹ ਵੀ ਆਪਾਂ ਫਿੱਟ ਕਰ ਦਿੱਤਾ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਕਿਹੜਾ ਫਿੱਟ ਕਰਿਆ ਅਤੇ ਕੀ ਹਿਸਾਬ ਕਿਤਾਬ ਹੈ ਅਤੇ ਆਪਾਂ ਨੂੰ ਪਹਿਲਾਂ ਤੋਂ ਹੀ ਐਂ ਸੀ ਵੀ ਆਪਾਂ ਨੂੰ ਇਹਦੇ ਵਿੱਚ ਜਿਹੜਾ ਨਾਲ ਚਾਰਜਰ ਆਉਂਦਾ ਉਹ ਆਪਾਂ ਨਾ ਕਰੀਏ ਕਿਉਂਕਿ ਉਹਦੇ ਵਾਸਤੇ ਗੱਡੀ ਵਾਲਾ ਚਾਰਜਰ ਇੱਕ ਅਲੱਗ ਲੈਣਾ ਪੈਂਦਾ ਫੋਨ ਚਾਰਜ ਕਰਨ ਨੂੰ ਅਤੇ ਉਹ ਖਰਾਬ ਵੀ ਛੇਤੀ ਹੋ ਜਾਂਦਾ ਆਪਾਂ ਵਰਤਦੇ ਹਾਂ ਅਤੇ ਇਸ ਕਰਕੇ ਆਪਾਂ ਡਾਇਰੈਕਟ ਯੂ ਐਸ ਬੀ ਵਾਲਾ ਚਾਰਜਰ ਇਹ ਚਲਾਇਆ ਅਤੇ ਉਹ ਆਪਾਂ ਕਿਵੇਂ ਕਿਵੇਂ ਫਿੱਟ ਕਰਿਆ ਅਤੇ ਕਿਹੜਾ ਉਹ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਚਾਰਜਰ ਤੁਸੀਂ ਦੇਖ ਸਕਦੇ ਹੋ ਇਹ ਡਾਇਰੈਕਟ ਯੂ ਐਸ ਬੀ ਵਾਲਾ ਹੀ ਹੈ ਜੇ ਆਪਾਂ ਨੂੰ ਕੋਈ ਗੱਡੀ ਵਾਲਾ ਚਾਰਜਰ ਅਲੱਗ ਲੈਣ ਦੀ ਲੋੜ ਨਹੀਂ ਅਤੇ ਇਹਦੇ ਨਾਲ ਸੁੱਚ ਲੱਗੀ ਹੋਈ ਹੈ ਵਿੱਚ ਇਹਦੇ ਇਹ ਆਪਾਂ ਸੁੱਚ ਔਨ ਕਰਾਂਗੇ ਤਾਂ ਆਪਣਾ ਫੋਨ ਚਾਰਜ ਹੋਊ ਅਤੇ ਨਾਲ ਇਹਦੇ ਇੰਡੀਕੇਟਰ ਹੁੰਦਾ ਐਲ ਈ ਡੀ ਵਾਲਾ ਅਤੇ ਆਪਾਂ ਤੁਹਾਨੂੰ ਫੋਨ ਚਾਰਜ ਕਰਕੇ ਦਿਖਾਵਾਂਗੇ ਇਹਦੇ 'ਤੇ ਅਤੇ ਇਹ ਆਪਾਂ ਨੂੰ ਮਿਲ ਗਿਆ ਸੀਗਾ ਕਰੀਬ ਕਰੀਬ 300 ਰੁਪਏ ਦਾ ਅਤੇ ਨੈੱਟ ਤਾਂ ਆਪਾਂ ਮੰਗਾਇਆ ਇਹਦੀ ਵਾਇਰਿੰਗ ਨਾਲ ਹੀ ਸੀ ਇਹਦੇ ਸਾਰਾ ਕੁਝ ਅਤੇ ਆਹੀ ਵਾਇਰਿੰਗ ਆਪਾਂ ਆਹ ਉਰੇ ਕਰੀ ਹੈ ਬੈਟਰੀ ਨਾਲ ਨਹੀਂ ਆਪਾਂ ਲਈ ਆਪਾਂ ਇੱਧਰ ਲਾਤੀ ਸਲਫ ਨਾਲ ਡਾਇਰੈਕਟ ਹੀ ਹੈ ਇਹ ਬਿਨਾਂ ਸੋਚੋ ਤੋਂ ਚੱਲਦਾ ਕਿਉਂਕਿ ਸੋਚਾ ਆਪਾਂ ਨੂੰ ਨਾਲ ਹੀ ਮਿਲੀ ਹੋਈ ਹੈ ਚਾਰਜਰ ਦੇ ਇਹਦੇ ਪਿੱਛੇ ਇਹਦੇ ਹੈਗੀ ਸੀਗੀ ਜਗ੍ਹਾ ਵਾਇਰ ਕੱਢਣ ਨੂੰ ਡੈਸ਼ਬੋਰਡ ਦੇ ਪਿੱਛੋਂ ਦੀ ਆਪਾਂ ਇੱਥੇ ਲਿਆਂਦੀ ਸਲਫ ਨਾਲ ਇਹਦੀ ਫਿਟਿੰਗ ਕਰਤੀ ਅਤੇ ਹੁਣ ਆਪਾਂ ਤੁਹਾਨੂੰ ਫੋਨ ਚਾਰਜ ਕਰਕੇ ਦਿਖਾਉਂਦੇ ਹਾਂ ਲਾਤੀ ਹੈ ਜੀ ਤਾਰ ਫੋਨ ਤੁਹਾਨੂੰ ਦਿਖਾਉਂਦੇ ਹਾਂ ਚਾਰਜ ਕਰਕੇ ਅਤੇ ਆਪਾਂ ਇੱਥੋਂ ਆ ਦੇਖੋ ਸੋਚ ਲਾਵਾਂਗੇ ਅਤੇ ਇੱਧਰ ਫੋਨ ਆਪਣਾ ਚਾਰਜ ਹੋਣ ਲੱਗਿਆ ਅਤੇ ਮੈਂ ਇਹ 2-3 ਦਿਨ ਯੂਜ਼ ਕਰਨ ਤੋਂ ਬਾਅਦ ਇਹ ਵੀਡੀਓ ਬਣਾ ਰਿਹਾ ਤਾਂ ਕਿ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਵੀ ਖਰਾਬ ਤਾਂ ਨਹੀਂ ਹੁੰਦਾ ਜਾਂ ਸਪੀਡ ਕਿਵੇਂ ਹੈ ਅਤੇ ਸਪੀਡ ਵਗੈਰਾ ਦੀ ਬਹੁਤ ਵਧੀਆ ਜਿਵੇਂ ਆਪਣੀ ਨੋਰਮਲ ਘਰ ਚਾਰਜਰ ਦੀ ਹੁੰਦੀ ਆ ਉਹੋ ਜਿਹੀ ਦੀ ਸਪੀਡ ਹੈ ਮਤਲਬ ਮੁੱਕਦੀ ਗੱਲ ਐਮਰਜੈਂਸੀ 'ਚ ਤੁਹਾਡਾ ਫੋਨ ਬੰਦ ਨਹੀਂ ਹੋਣ ਦਿੰਦਾ ਅਤੇ ਵਧੀਆ ਸਪੀਡ ਹੈ ਬਾਕੀ ਹਾਲੇ ਤੱਕ ਬਹੁਤ ਵਧੀਆ ਚੱਲ ਰਿਹਾ ਅਤੇ ਫਿਟਿੰਗ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਵੀ ਬਾਹਰੋਂ ਕਰੀ ਹੋਈ ਹੈ ਐਂ ਲੱਗਦਾ ਜਿਵੇਂ ਨਾਲ ਹੀ ਆਇਆ ਹੁੰਦਾ ਕੰਪਨੀ ਵੱਲੋਂ ਹੀ ਅਤੇ ਉਹਦੇ ਨਾਲ ਯਾਰ ਇਹ ਸਿਸਟਮ ਮੈਨੂੰ ਜ਼ਿਆਦਾ ਵਧੀਆ ਲੱਗਿਆ ਇਹਦਾ ਲਿੰਕ ਮੈਂ ਪਾ ਦੂੰਗਾ ਡਿਸਕ੍ਰਿਪਸ਼ਨ 'ਚ
ਫਲਿੱਪਕਾਰਟ ਤੋਂ ਆਪਾਂ ਇਹ ਮੰਗਵਾਇਆ ਅਤੇ ਜਿਹੜੇ ਜਿਹੜੇ ਵੀਰ ਨੂੰ ਚਾਹੀਦਾ ਤੁਸੀਂ ਉੱਥੋਂ ਲੈ ਸਕਦੇ ਹੋ। ਅਤੇ ਇਹਨੂੰ ਵੀਰੇ ਬਾਈਕ ਯੂ ਐੱਸ ਬੀ ਚਾਰਜਰ ਕਹਿੰਦੇ ਨੇ। ਅਤੇ ਆਪਣੇ ਦੇਖੋ ਤੁਸੀਂ ਪੁਰਾਣੇ ਮਾਡਲ ਟਰੈਕਟਰ 'ਤੇ ਆਪਾਂ ਆਹ ਬੋਕਸ ਦੇ ਨਾਲ ਚਾਰਜਰ ਫਿੱਟ ਕਰਿਆ ਅਤੇ ਬਹੁਤ ਵਧੀਆ ਸੁਵਿਧਾ ਇਹ, ਜਿਵੇਂ ਹੁਣ ਅੱਗੇ ਸੀਜ਼ਨ ਦਾ ਟਾਈਮ ਆ ਰਿਹਾ ਝੋਨੇ ਦਾ ਅਤੇ ਇਹਦੀ ਬਹੁਤ ਜ਼ਰੂਰਤ ਪਊਗੀ ਫੋਨ ਰੱਖਣ ਵਾਸਤੇ ਵੀ ਅਤੇ ਚਾਰਜ ਕਰਨ ਵਾਸਤੇ ਵੀ। ਅਤੇ ਕਿਵੇਂ ਲੱਗੀ ਤੁਹਾਨੂੰ ਸਾਰੀ ਫਿਟਿੰਗ ਵਗੈਰਾ ਜ਼ਰੂਰ ਦੱਸਿਓ ਕਮੈਂਟ ਕਰਕੇ। ਅਤੇ ਇਹ ਸੀ ਆਪਣੀ ਅੱਜ ਦੀ ਵੀਡੀਓ, ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ।